ਜਿਹੜੇ ਸਿੱਖ ਸਨ ਨਾ ਉਹ ਵੀ ਠਿੱਲੂ ਤੇ ਜਿਹੜੇ ਦੂਜੇ ਸਨ ਉਹ ਵੀ ਠਿੱਲੂ ਤੇ ਕੋਈ ਕੋਈ ਬਈ ਚੀਨੇ ਤੇ ਕੋਈ ਚਿੱਠੇ ਅੱਛਾ ਸਿੱਖ ਸਨ ਜਿਹੜੇ ਹਿੰਦੂ ਰਹਿੰਦੇ ਸਨ ਨਾਮ ਰਾਜਾ ਨਾ ਖਾਇਆ ਕਰ ਸਵਾਦੀ ਬੜੀ ਮਹੀਨੇ ਦੇ ਮਹੀਨਿਆਂ ਨਾ ਨਾ ਇੱਥੇ ਗੁਰਦੁਆਰੇ ਜਾ ਕੇ ਆਪਣਾ ਛੈਣੇ ਵਜਾਣੇ ਬੁਣਾ ਆਪਣਾ ਕਰ ਕਰ ਕਰਕੇ ਉੱਥੇ ਚੂਨੀ ਚੋਪੜਾ ਸੀ ਨਾ ਚੂਨੀ ਚੋਪੜਾ ਸੀ ਸਾਡਾ ਗੁਆਂਢੀ ਤੇ ਚੂਨੀ ਲੰਘਾ ਸੀ ਇੱਕ ਚੂਨੀ ਲੰਘਾ ਸੀ ਚੋਪੜਾ ਸੀ ਹਿੰਦੂਆਂ ਦੀ ਗੱਲ ਹੋ ਰਹੀ ਹਿੰਦੂਆਂ ਦੀ ਹਾਂ ਤੇ ਇੱਕ ਜਗ੍ਹਾ ਬਾਹਮਣ ਇੱਕ ਜਗ੍ਹਾ ਬਾਹਮਣ ਸੀ ਉਹਨਾਂ ਦਾ ਅਰੋੜ ਸਿੰਘ ਸੀ ਸੋਹਣ ਸਿੰਘ ਸੀ ਕਰਤਾਰ ਸਿੰਘ ਸੀ ਤੇ ਗੋਪਾਲ ਸਿੰਘ ਹਰੀ ਭਾਗ ਹਰੀ ਤੇ ਬੇਲਾ ਸਿੰਘ ਇਹ ਸਾਰੇ ਗੋਪਾਲ ਸਿੰਘ ਕਰਤਾਰ ਸਿੰਘ ਗੋਪਾਲ ਸਿੰਘ ਗੋਪਾਲ ਸਿੰਘ ਮਾਰਾ ਹੈ ਸਾਧੂ ਗ੍ਰਹਿ ਦਾ ਚੁੰਨੀ ਲਾਲ ਸੀ ਸਾਈਕਲ ਤੇ ਆਉਂਦਾ ਹੁੰਦਾ ਸੀ ਚੁੰਨੀ ਲਾਲ ਹਾਂਜੀ ਪੜ੍ਹਦੇ ਰਹੇ ਵਰਿਆਮ ਨਾਂ ਸੀ ਵਰਿਆਮ ਸਿੰਘ ਹਾਂਜੀ ਵਰਿਆਮ ਸਿੰਘ ਹਾਂਜੀ ਇੱਕ ਹਰਬੰਸ ਸਿੰਘ ਸੀ ਹਰਬੰਸ ਸਿੰਘ ਸੀ ਉਹ ਵੀ ਸਾਡੇ ਨਾਲ ਪੜ੍ਹਦਾ ਰਿਹਾ ਹਾਂਜੀ ਸਾਹਿਬ ਹਮ ਉਮਰ ਸਾਹਿਬ ਜੀ ਇੱਕ ਕਲਾਸ ਹੀ ਪੜ੍ਹਦੇ ਰਹੇ ਰਲ ਮਿਲ ਕੇ ਇਕੱਠੇ ਰਹਿੰਦੇ ਸਨ ਕੋਈ ਇਖਲਾਫ ਨਹੀਂ ਸੀ ਕੋਈ ਨਾਰਾਜ਼ਗੀ ਨਹੀਂ ਸੀ ਕੋਈ ਲੜਾਈ ਝਗੜਾ ਕੋਈ ਨਹੀਂ ਸੀ ਉੱਕਾ ਕੋਈ ਨਹੀਂ ਸੀ ਸਭ ਇਕੱਠੇ ਰਹਿੰਦੇ ਸਨ ਇੱਕ ਦੂਜੇ ਨਾਲ ਇਕੱਠੇ ਖਾਂਦੇ ਪੀਂਦੇ ਸਨ ਇਕੱਠੇ ਰਹਿੰਦੇ ਸਨ ਸਾਰੇ ਵਾਲੀਆਂ ਵਿਆਹਾਂ ਸ਼ਾਦੀਆਂ 'ਚ ਇੱਕ ਦੂਜੇ ਨੂੰ ਬੁਲਾਉਂਦੇ ਸਨ ਹਾਂਜੀ ਰੋਕਦਾ ਉਹ ਆਪਣੀ ਦੁਆਲੀ ਸ਼ਵਾਲੀ ਸਾਰੀ ਕਰਦੇ ਸਨ ਦੀਵੇ ਦੂਵੇ ਬਾਲਦੇ ਸਨ ਮੋਮਬੱਤੀਆਂ ਬਾਲਦੇ ਸਨ ਸਾਰੇ ਆਪਣੇ ਰੱਖਦੇ ਸਨ ਸਭਨੀ ਕੋਠਿਆਂ ਦੇ ਉੱਤੇ ਵੀ ਤੇ ਆਪਣੇ ਗੁਰਦੁਆਰੇ 'ਤੇ ਵੀ ਸਾਰਾ ਕੁਝ ਪੈਗਾਮ ਦੇ ਆਪਣਾ ਪਿੰਡ ਵੇਖੋ ਸਾਡੇ ਨਾਲ ਆਣ ਕੇ ਮਿਲੋ ਜਿਲੋ ਸਭ ਇਕੱਠੇ ਆ ਸੀ ਅਸੀਂ ਉਹਨਾਂ ਨਾਲ ਪੜ੍ਹਦੇ ਪੁੜਦੇ ਰਹਿਣੇ ਸਾਰੇ ਜਿਹੜੇ ਸਾਡਾ ਮੇਰਾ ਨਾਮ ਮੁਹੰਮਦ ਸਾਦਿਕ ਮਹਿਰ ਹੈ ਗੁਲਾਮ ਮੁਹੰਮਦ ਮਹਿਰ ਦਾ ਛੋਟਾ ਭਾਈਆਂ ਮੈਂ ਛੋਟਾ ਭਾਈਆਂ ਬੁਲੰਦ ਮਹਿਰ ਦਾ ਮੈਂ ਛੋਟਾ ਪੁੱਤਰ ਹਾਂ ਹਾਂ ਛੋਟਾ ਪੁੱਤਰ ਹਾਂ ਮੈਂ ਤੇ ਅਸੀਂ ਸਾਰੇ ਇੱਕ ਦੂਜੇ ਨੂੰ ਇਕੱਠੇ ਅਸੀਂ ਰਹਿੰਦੇ ਸਾਂ ਇਕੱਠੇ ਸਭ ਕੁਛ ਸੀ ਅਸੀਂ ਦਾਵਤ ਦਿੰਦੇ ਹਾਂ ਤੁਹਾਨੂੰ ਕਿ ਸਾਡੇ ਕੋਲ ਆਓ ਆ ਕੇ ਸਾਨੂੰ ਮਿਲੋ ਅਤੇ ਸਾਨੂੰ ਦੱਸਿਆ ਅਸੀਂ ਵੀ ਤੁਹਾਡੇ ਕੋਲ ਇਨਸ਼ਾਅੱਲਾ ਜਾਵਾਂਗੇ ਜਾ ਕੇ ਮਿਲਾਂਗੇ ਅਗਰ ਮੇਰੀ ਵਾਲਦਾ ਦੀ ਭੈਣ ਬਣੀ ਸੀ ਗੋਪਾਲ ਸਿੰਘ ਦੀ ਬੀਵੀ ਅਤੇ ਉਹ ਵੀ ਜ਼ਿੰਦਾ ਨੇ ਅਤੇ ਉਹਨਾਂ ਨੂੰ ਵੀ ਸਲਾਮ ਅਸੀਂ ਅਰਜ਼ ਕਰਨਾ ਆਓ ਆ ਕੇ ਸਾਡੇ ਕੋਲ ਆਣ ਕੇ ਸਾਨੂੰ ਮਿਲੋ ਹਾਂਜੀ ਗੋਪਾਲ ਸਿੰਘ ਹਾਂਜੀ ਅਗਰ ਉਹਨਾਂ ਦੀ ਔਲਾਦ ਹੈ ਤਾਂ ਆਉਣ ਆਣ ਕੇ ਸਾਨੂੰ ਮਿਲਣ ਕਿਉਂਕਿ ਮਕਾਨ ਇਹਨਾਂ ਦੇ ਸਾਡੇ ਇਕੱਠੇ ਸਨ ਸਾਰਿਆਂ ਦੇ ਸਾਡੇ ਹਮਸਾਏ ਸਨ ਪਿੰਡ ਖੱਬੇ ਕੇ ਜ਼ਿਲ੍ਹਾ ਗੁਜਰਾਂਵਾਲਾ ਢਿੱਲੂ ਚੱਠੇ ਤੇ ਚੀਮੇ ਸਿੱਖ ਸਰਦਾਰਾਂ ਦਾ ਪਿੰਡ ਜੀ ਗੱਲ ਕਰਾਂਗੇ ਅੱਜ ਉਜਾੜਿਆਂ ਦੀ ਇਸ ਪਿੰਡ ਦੇ ਜਾਣ ਵਾਲੇ ਸਿੱਖ ਸਰਦਾਰਾਂ ਦੀ ਉਸ ਉਜਾੜਿਆਂ ਦੀ ਜਿਨ੍ਹਾਂ ਨੇ ਜਿਸ ਉਜਾੜੇ ਨੇ ਮਾਵਾਂ ਕੋਲੋਂ ਪੁੱਤ ਖੋਲੇ ਅਤੇ ਬੇਵੀਆਂ ਬੇਵਾ ਕਰ ਦਿੱਤੀਆਂ ਅਤੇ ਬੱਚੇ ਯਤੀਮ ਕਰ ਦਿੱਤੇ ਯਾਰਾਂ ਕੋਲੋਂ ਯਾਰ ਖੋਲੇ ਅਤੇ ਘਰਾਂ ਦੇ ਘਰ ਉਜਾੜ ਦਿੱਤੇ ਹੈਲੋ ਅਸਲਾਮ ਵਾਲੇਕਮ ਨਾਜ਼ਰੀਨ ਤੁਸੀਂ ਵੇਖਦੇ ਪਏ ਹੋ ਸਾਡਾ ਯੂਟਿਊਬ ਚੈਨਲ ਮੇਰਾ ਪਿੰਡ ਮੇਰਾ ਪੰਜਾਬ ਅਤੇ ਮੈਂ ਤੁਹਾਡਾ ਹੋਸਟ ਮੁਹੰਮਦ ਤਨਵੀਰ ਮੇਰੇ ਨਾਲ ਭਾਈ ਅਕਰਮ ਸਾਹਿਬ ਨਾਜ਼ਰੀਨ ਅਸੀਂ ਪਿੰਡ ਪਹੁੰਚੇ ਹਾਂ ਜੀ ਖੱਬੇ ਕੇ ਇਹ ਪਿੰਡ ਜ਼ਿਲ੍ਹਾ ਗੁਜਰਾਂਵਾਲੇ 'ਚ ਪੈਂਦਾ
ਸਾਨਾ ਇਹ ਦੋ ਬਜ਼ੁਰਗ ਬੈਠੇ ਹੋਏ ਨੇ ਜਿਹੜੇ ਵਸਨੀਕ ਨੇ ਪਿੰਡ ਦੇ ਇਹਨਾਂ ਦੀ ਇਹ ਬਜ਼ੁਰਗ ਜਿਹੜੇ ਤਕਰੀਬਨ 20 ਤੋਂ 22 ਸਾਲ ਦੇ ਹਨ 25 ਸਾਲ ਬਲਕਿ ਉਸ ਟਾਈਮ ਜਦੋਂ ਬਟਵਾਰਾ ਹੋਇਆ ਦੋਵੇਂ ਪੰਜਾਬ 'ਚ ਇਹਨਾਂ ਦੀ ਵੰਡ ਹੋਈ ਹੈ ਅਤੇ ਇਹ ਬਜ਼ੁਰਗ ਜਿਹੜੇ ਵੀ ਵਸਨੀਕ ਨੇ ਇਹਨਾਂ ਦੀ ਤਕਰੀਬਨ ਉਸ ਟਾਈਮ 10 ਤੋਂ 11 ਸਾਲ ਉਮਰ ਸੀ ਇਹ ਸਾਰੀ ਕਹਾਣੀ ਬਜ਼ੁਰਗਾਂ ਕੋਲ ਪੁੱਛਣੇ ਆ ਉਸ ਟਾਈਮ ਦੀ ਕਿ ਇਹ ਪਿੰਡ ਵਿੱਚ ਕਿਹੜੇ ਕਿਹੜੇ ਮਜ਼ਹਬ ਕਬੀਲੇ ਦੇ ਬੰਦੇ ਰਹਿੰਦੇ ਹਨ ਯਾਨੀ ਮੁਸਲਮਾਨ ਸਿੱਖ ਇਸਾਈ ਹਿੰਦੂ ਖੱਤਰੀ ਵਗੈਰਾ ਕਿਹੜੇ ਕਿਹੜੇ ਰਹਿੰਦੇ ਹਨ ਅਤੇ ਉਹਨਾਂ ਦਾ ਅਤੇ ਆਪਸ ਸਾਰਿਆਂ ਦਾ ਮਿਲਣ ਵਰਤਨ ਕਿਵੇਂ ਦਾ ਸੀ ਸਾਰੀ ਗੱਲ ਇਹਨਾਂ ਪੁੱਛਦੇ ਹਾਂ ਕਿ ਕਿਵੇਂ ਕਿਵੇਂ ਉਹ ਫਿਰ ਇਤੋਂ ਗਏ ਨੇ ਉਹਨਾਂ ਦੇ ਘਰ ਬਾਹਰ ਕਿੱਥੇ ਸਨ ਅਤੇ ਉਹ ਕਿਵੇਂ ਕਿਵੇਂ ਮੁਸਲਮਾਨਾਂ ਦੇ ਉਹ ਆਪਸ 'ਚ ਕਿਵੇਂ ਰਹਿੰਦੇ ਸਨ ਇਹ ਸਾਰੀ ਗੱਲ ਜਿਹੜੀ ਇਹ ਬਜ਼ੁਰਗਾਂ ਦੀ ਇਹਨਾਂ ਜ਼ਬਾਨੀ ਕਰਨੀ ਹੈ ਜੀ ਅਸਲਾਮ ਵਾਲੇਕਮ ਜੀ ਵਾਲੇਕੁਮ ਬਜ਼ੁਰਗੋ ਆਪਣਾ ਨਾਂ ਕੀ ਹੈ ਮਨਜ਼ੂਰ ਹੁਸੈਨ ਸੈਦ ਮਨਜ਼ੂਰ ਹੁਸੈਨ ਜੀ ਜੀ ਹਾਂ ਤੁਹਾਡੇ ਅੱਬਾ ਜੀ ਦਾ ਕੀ ਨਾਂ ਸੀ ਹਾਕਮ ਸ਼ਾਹ ਸੈਦ ਹਾਕਮ ਤੁਹਾਡੇ ਦਾਦੇ ਦਾ ਨਵਾਬ ਸ਼ਾਹ ਸੈਦ ਨਵਾਬ ਸ਼ਾਹ ਜੀ ਹਾਂ ਸਹੀ ਹੋ ਗਿਆ ਅਤੇ ਤੁਸੀਂ ਸੈਦ ਘਰਾਣੇ ਹੋ ਮਾਸ਼ਾਅੱਲਾ ਹੈਂ ਸੈਦ ਘਰਾਣੇ ਦੇ ਹੋ ਨਾ ਆਹੋ ਹਾਂਜੀ ਹਾਂਜੀ ਸਹੀ ਹੋ ਗਿਆ ਬਜ਼ੁਰਗੋ ਤੁਸੀਂ ਵਸਨੀਕ ਜੇ ਬਛਿੰਦੇ ਜੀ ਹਾਂ ਇੱਥੋਂ ਠੀਕ ਹੋ ਗਿਆ ਅੱਛਾ ਅੱਛਾ ਜੀ ਤੁਸੀਂ ਵੀ ਤਾਰਵ ਆਪਣਾ ਕਰਾਇਆ ਤੁਹਾਡਾ ਨਾਂ ਮੇਰਾ ਨਾਮ ਮਸਾਦ ਕਮੈਰ ਤੁਹਾਡੇ ਅੱਬਾ ਜੀ ਦਾ ਬੁਲੰਦ ਬਖਸ਼ ਮੈਰ ਦਾਦੇ ਜੀ ਦਾ ਬੂਟਾ ਮੈਰ ਤੁਸੀਂ ਮੈਰ ਜੀ ਰਾਈ ਮੈਰ ਤੁਸੀਂ ਵੀ ਵਸਨੀਕ ਜੇ ਜੀ ਇੱਥੋਂ ਵਸਨੀਕ ਇੱਥੋਂ ਦੇ ਰਹਿਣ ਬਛਿੰਦੇ ਸ਼ੁਰੂ ਬਛਿੰਦੇ ਆ ਕਿੰਨੇ ਕੁ ਸੋ ਤੁਸੀਂ ਉਦੋਂ ਜੇ ਬਟਵਾ ਮੈਂ ਉਸੇ 9-10 ਸਾਲ ਦਾ ਸੀ 10 ਸਾਲ ਦੇ ਉੱਤੇ ਹਾਂ ਇਹ ਤੁਸੀਂ ਤੁਹਾਨੂੰ ਸੰਭਾਲ ਆਇਆ ਉਦੋਂ ਹਾਂ ਸੰਭਾਲ ਹੀ ਮੈਂ ਸਕੂਲ ਹੀ ਪੜਦਾ ਸੀ ਸਹੀ ਅੱਛਾ ਬਜ਼ੁਰਗੋ ਕਿੰਨੇ ਕੁ ਸੋ ਤੁਸੀਂ ਉਦੋਂ ਜਦੋਂ ਵੰਡ ਹੋਈ ਹੈ ਜਾੜੇ ਪਏ ਨੇ ਤੁਹਾਡੀ ਉਮਰ ਕਿੰਨੀ ਕੁ ਸੀ 21-22 ਸਾਲ 21 ਤੋਂ 22 ਸਾਲ ਦੇ ਹੋ ਅੱਛਾ ਅੱਛਾ ਜਾਂ 21 ਸੀ ਜਾਂ 22 ਸੀ ਬਸ ਇੱਥੇ ਅੱਛਾ ਪਿੰਡ ਦੱਸਿਆ ਜੀ ਕਿਹੜਾ ਜਿੱਥੇ ਹੁਣ ਅਸੀਂ ਬੈਠੇ ਹਾਂ ਹਾਂ ਆ ਪਿੰਡ ਕਿਹੜਾ ਜਿੱਥੇ ਬੈਠੇ ਹਾਂ ਅਸੀਂ ਖੱਬੇ ਕੇ ਤੇ ਇਹਦਾ ਜ਼ਿਲ੍ਹਾ ਹੈ ਜ਼ਿਲ੍ਹਾ ਕਿਹੜਾ ਗੁਜਰਾਂਵਾਲਾ ਜ਼ਿਲ੍ਹਾ ਗੁਜਰਾਂਵਾਲਾ ਤਹਿਸੀਲ ਵਜ਼ੀਰਾਬਾਦ ਤਹਿਸੀਲ ਵਜ਼ੀਰਾਬਾਦ ਲੱਗਦੀ ਇੱਥੇ ਤਹਿਸੀਲ ਵੀ ਗੁਜਰਾਂਵਾਲਾ ਤਹਿਸੀਲ ਵੀ ਗੁਜਰਾਂਵਾਲਾ ਸਹੀ ਹੋ ਗਿਆ ਅੱਛਾ ਬਜ਼ੁਰਗੋ ਇਹ ਪਿੰਡ ਦੇ ਆਲੇ ਦੁਆਲੇ ਦੇ 2-4 ਪਿੰਡ ਦੇ ਦੱਸ ਦਵੋ ਨਾਂ ਉਹਨਾਂ ਦੇ ਲਾਗੇ ਲਾਗੇ ਕਿਹੜੇ ਪਿੰਡ ਨੇ ਤੁਹਾਡੇ ਚਿੱਟੀ ਸਾਧੂ ਨਹੀਂ ਮੁਕੰਮਲ ਨਾਂ ਦੱਸੋ ਨਾ ਚਿੱਟੀ ਘਰਾਇਆ ਕਿਲਾਮੀਆਂ ਸਿੰਘ ਕੋਲੜੀ ਫੈਜ਼ਦਾ ਕੋਲੜੀ ਹੈ ਕੋਟਲੀ ਰੇਤ ਵਾਲੀ ਜਾਂ ਫੈਜ਼ਦਾ ਕੋਲ ਵਾਲੇ ਪਾਸੇ ਵਿੱਚ ਅਸੈਸ ਕੋਟ ਜਾਂ ਇਸ ਸਾਈਡ ਤੇ ਮਾਨਾ ਕੋਟ ਪੇਰੋ ਸ਼ਾਹ ਕਿਲਾਦਾਰ ਸਿੰਘ ਜਾਂ ਸਹੀ ਹੋ ਚਾਰ ਛੇ ਦਿਆ ਪਿੰਡ ਨੇ ਇਹ ਪਿੰਡ 47 ਟਾਈਮ ਕਿੱਡਾ ਕੁ ਸੀ ਜੀ ਹੈਂ ਜਦੋਂ ਜਾੜੇ ਹੋਏ ਕਿੱਡਾ ਕੁ ਸੀ ਪਿੰਡ ਹਾਂਜੀ ਅਸੀਂ ਬਜ਼ੁਰਗੋ ਜਿੰਨੀਆਂ ਵੀ ਤੁਹਾਨੂੰ ਗੱਲਾਂ ਪੁੱਛਣੀਆਂ ਨਾ 47 ਤੋਂ ਪਹਿਲਾਂ ਦੀਆਂ ਨੇ ਠੀਕ ਹੈ ਨਾ ਹੁਣ ਜਿੰਨੀਆਂ ਵੀ ਆਪਾਂ ਗੱਲਾਂ ਕਰਨੀਆਂ ਸਾਨੂੰ ਤੁਸੀਂ ਸੁਣਾਉਣੀਆਂ ਨੇ 47 ਤੋਂ ਪਹਿਲਾਂ ਵਾਲੀਆਂ ਠੀਕ ਹੈ ਨਾ ਜੀ ਜਾੜੇ ਤੋਂ ਪਹਿਲਾਂ ਦੀਆਂ ਇਹ ਉਸ ਟਾਈਮ ਪਿੰਡ ਕਿੱਡਾ ਕੁ ਸੀ ਤੁਹਾਡਾ ਵਾਹਵਾ ਹੀ ਪਿੰਡ ਛੋਟਾ ਨਹੀਂ ਸੀ ਅੱਛਾ ਵਾਹਵਾ ਸੀ ਇਹਨਾਂ ਦੁਆਲੇ ਦੇ ਪਿੰਡਾਂ ਨਾਲੋਂ ਵੱਡਾ ਸੀ ਵੱਡਾ ਪਿੰਡ ਸੀ ਦੁਆਲੇ ਦੇ ਘੰਟਾ ਸੀ ਨਾ ਪਾਇਆ ਇਹਨਾਂ ਨਾਲ ਵੱਡਾ ਪਿੰਡ ਸੀ ਅੱਛਾ ਅੱਛਾ ਉਹਨਾਂ ਨਾਲ ਵੱਡਾ ਸੀ ਉਦੋਂ ਅੱਛਾ ਇਹ ਬਜ਼ੁਰਗੋ ਪਿੰਡ ਦਾ ਨਾਂ ਖੱਬੇ ਕੇ ਉਦੋਂ ਦਾ ਹੀ ਹੈ ਜੀ ਆ ਉਦੋਂ ਇਹ ਕਿਹਦੇ ਕਿਸੇ ਦਾ ਨਾਂ ਤੇ ਕਿਵੇਂ ਪਿੰਡ ਦਾ ਨਾਂ ਕਿਵੇਂ ਪਿਆ ਖੱਬੇ ਕੇ ਕਿਵੇਂ ਦਾ ਨਾਂ ਆ ਲੈ ਖੱਬੇ ਇੱਕ ਬੰਦੇ ਕੁੱਪੀ ਫੁੱਟੀ ਸੀ ਤੇ ਉਹ ਨਾਂ ਪੈ ਗਿਆ ਖੱਬੇ ਕੇ ਮੈਂ ਨਾ ਸ਼ਾਇਦ ਸਿੱਖਾਂ ਦੀ ਕੋਈ ਜ਼ਾਤ ਹੈ ਮੈਂ ਨਾ ਸ਼ਾਇਦ ਕੋਈ ਜ਼ਾਤ ਹੈ ਸਿੱਖਾਂ ਦੀ ਖੱਬੇ ਕੇ ਨਹੀਂ ਅੱਛਾ ਜ਼ਾਤ ਨਹੀਂ ਉਹ ਖੱਬੇ ਨਾ ਕੁੱਪੀ ਫੁੰਡੀ ਸਾਸੂ ਤੇ ਉਸ ਨਾਂ ਉਸ ਵਜ੍ਹਾ ਤੋਂ ਉਹਨਾਂ ਅੱਗੇ ਵੀ ਮੇਰੇ ਦਾ ਅੱਗੇ ਦੀ ਜ਼ਹਿਲ ਬਣ ਲੈ ਇਹਦਾ ਨਾਂ ਫਿਰ ਵੱਲ ਕੇ ਤੋਂ ਉਹਨੇ ਕਿਹਾ ਪਿੰਡ ਨਾਂ ਖੱਬੇ ਕੇ ਰੱਖ ਲਓ ਅੱਛਾ ਬਜ਼ੁਰਗੋ ਇਹ ਪਿੰਡ ਜਿਹੜਾ ਇੱਥੇ ਕਿਹੜੀ ਕਿਹੜੀ ਬਰਾਦਰੀ ਦੇ ਕੌਮ ਕਬੀਲੇ ਦੇ ਬੰਦੇ ਰਹਿੰਦੇ ਹਨ ਇੱਥੇ ਮੁਸਲਮਾਨ ਹਾਂਜੀ ਮੇਰੀ ਪਹਿਲਾਂ ਸੁਣ ਲਓ ਮੁਸਲਮਾਨ ਵੀ ਸਿੱਖ ਵੀ ਯਾਨੀ ਜਿੰਨੇ ਵੀ ਮੁਸਲਮਾਨਾਂ ਤੋਂ ਹਟ ਕੇ ਵੀ ਸਨ ਸਾਰੇ ਦੱਸਿਆ ਜਿਹੜੇ ਸਿੱਖ ਸਨ ਹਾਂਜੀ ਉਹ ਵੀ ਠਿੱਲੂ ਅਤੇ ਜਿਹੜੇ ਦੂਜੇ ਸਨ ਉਹ ਵੀ ਠਿੱਲੂ ਕੋਈ ਵੀ ਚੀਲੇ ਦੇ ਕੋਈ ਚਿੱਠੇ ਅੱਛਾ ਸਿੱਖ ਸਨ ਜਿਹੜੇ ਹਿੰਦੂ ਰਹਿੰਦੇ ਸਨ ਹਾਂ ਯਾਨੀ ਮੁਸਲਮਾਨਾਂ ਦੀ ਤਾਂ ਉਹਨਾਂ ਜਾਤ ਇੱਕੋ ਹੀ ਸੀ ਹਾਂ ਸਾਡਾ ਪਿੰਡ ਸਾਰਾ ਠਿੱਲਵਾਂ ਦਾ ਸੀ ਬਾਲਾ ਭਾਵੇਂ ਸਿੱਖ ਸਨ ਭਾਵੇਂ ਮੁਸਲਮਾਨ ਸਨ ਨਾ ਸਿੱਖ ਵੀ ਠਿੱਲੂ ਉਹਨਾਂ ਦੀ ਔਲਾਦ ਹੈ ਸਾਰੀ ਇਹ ਜੋ ਮੁਸਲਮਾਨ ਨੇ ਨਾ ਉਹਨਾਂ ਦੀ ਔਲਾਦ ਹੈ ਯਾਨੀ ਉਹਨਾਂ ਵਿੱਚੋਂ ਮੁਸਲਮਾਨ ਹੋ ਗਿਆ ਸਾਰੇ ਬਾਅਦ ਅੱਛਾ ਅੱਛਾ ਉਹਨਾਂ ਚੋਂ ਮੁਸਲਮਾਨ ਹੋ ਗਏ ਇਹ ਮੁਸਲਮਾਨ ਹੋ ਗਏ ਨਾ ਔਲਾਦ ਮੁਸਲਮਾਨ ਹੈ ਇਹ ਹੋਈ ਸੀ ਅੱਛਾ ਅੱਛਾ ਹਾਂਜੀ ਪਹਿਲਾਂ ਔਲਾਦ ਇਹ ਸਿੱਖਾਂ ਦੀ ਸੀ ਪੁਰਾਣੇ ਬੰਦੇ ਸਨ ਸਾਡੇ ਵੱਡੇ ਚੌਥੀ ਪੀੜ੍ਹੀ ਚ ਸਿੱਖ ਟੁਰ ਜਾਂਦੇ
चले गए ढिलू सन होर के बरादरी चीने सन चे सन गुराए सन सिख भी सारे ठिलू सन दो त्रै घर सन फिर बाले नहीं सन क्योंकि मांग सिंह जी साधक सोहन सिंह जी दूजे लद्दे जी लद्दा दे दूला नोखे का प्यो साडे गुआंढी सन सारे इत्थे उदों उस टाइम मस्जिद एक सी के दो सी की मस्जिद अपनी मस्जिद हां उदों हुंदी सी मस्जिद साडे पिंड उदों दो मस्जिदां सन दो मस्जिदां सन एक खजूर वाली या एक अमीर के पासे वाली हां बिल्कुल एक ही हो गया ते बुजुर्गो सिख भी तुसीं दस्सिया इत्थे रहिंदे सन उहनां दा गुरद्वारा है सी है जी हां सामने जिथे स्कूल बनया इत्थे गुरद्वारा सी केड़ा स्कूल मुंडियां दा कुड़ियां इत्थे करके हां मुंडियां दा नाल ही अगे होगे ते नाल ही सही हो गया यानी जेड़ा स्कूल है इस टाइम मुंडियां दा ए गुरद्वारे वाली थां ते स्कूल बन गया जी हां थोड़ा जिहा हिस्सा बच्चियां लई सी ते बाकी जेड़ा गुरद्वारे दा हिस्सा सी अच्छा सही हो गया सही पढ़ देता तो दाखल था उत्थे उस स्कूले तुसी भी जांदे हां जी स्कूले जांदे सर अच्छा 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 सही हो गया सही हो गया ते जेड़े हिंदू रहंदे हां कुछ घर ब्राह्मण हिंदू अपना कढ़ाई मंडे दो घंटे लबा खा लो उसले ना पता भी नहीं सी दीन दी रोशनी नहीं सी अच्छा अच्छा दर्शया सी वो साखने जान कढ़ाई फादी पड़ी ओ खाई अब हां उठाते था बड़े कुराम दे बड़े आलम सन ओ हां इधर क्या बड़ा अल्लाह नेक बंदे था वो भी खांदे रहे लोग अच्छा अच्छा सारे इकट्ठे जुड़े रहे हां जी हां जी बाबे ना खा नाम राजा ना खाया खाए अरे स्वादी बड़ी है स्वादी लग रहा खाना हिंदू खत्री जिन्ने भी सन ਜਿਹੜੇ ਤੋਂ ਗਏ ਨੇ ਚੜਦੇ ਪੰਜਾਬ ਅੱਛਾ ਮੈਂ ਘਰ ਕਿਤੇ ਸਾਨੂੰ ਨਾਂ ਕਿਸੇ ਨਾਲ ਬੱਚੇ ਨਾਲ ਜਿਹੜੇ ਵੀ ਤੁਹਾਨੂੰ ਯਾਦ ਨੇ ਦੱਸਿਆ ਜੀ ਚੂਨੀ ਚੋਪੜਾ ਸੀ ਨਾ ਚੂਨੀ ਚੋਪੜਾ ਸੀ ਸਾਡਾ ਗਵਾਂਢੀ ਹਾਂ ਗਵਾਂਢੀਆ ਤੇ ਚੂਨੀ ਲੰਗਾ ਸੀ ਆ ਇੱਕ ਚੂਨੀ ਲੰਗਾ ਸੀ ਤੇ ਚੂਨੀ ਚੋਪੜਾ ਸੀ ਇਹ ਹਿੰਦੂਆਂ ਦੀ ਗੱਲ ਹੋ ਰਹੀ ਹੈ ਹਿੰਦੂਆਂ ਦੀ ਅੱਛਾ ਤੇ ਇੱਕ ਜਗ੍ਹਾ ਬਾਮਣ ਇੱਕ ਜਗ੍ਹਾ ਬਾਮਣ ਸੀ ਅੱਛਾ ਜੀ ਉਹਨਾਂ ਦਾ ਇਹ ਤਰੇ ਘਰ ਜਿਹੜੇ ਇੱਕ ਮਹਿਰਿਆਂ ਦਾ ਘਰ ਸੀ ਹਾਂ ਉਹਦਾ ਨਾਂ ਸੀ ਕਰਤਾਰ ਆ ਕਰਤਾਰ ਕਰਤਾਰ ਮਹਿਰਾ ਹਾਂ ਕਰਤਾਰ ਮਹਿਰਾ ਸੀ ਆ ਜਿਹੜੇ ਕੰਮੀ ਜਿਵੇਂ ਅਸੀਂ ਕਹਿੰਦੇ ਆ ਨਾ ਮਹਿਰੇ ਉਹਨਾਂ ਨੂੰ ਕਹਿੰਦੇ ਨੇ ਹਾਂਜੀ ਹਾਂਜੀ ਜਿਵੇਂ ਸਾਡੇ ਵਿੱਚ ਆ ਕੰਮੀ ਨਹੀਂ ਨਾਈ ਮੋਚੀ ਲੁਹਾਰ ਤੋਂ ਹਾਂਜੀ ਹਾਂਜੀ ਉਹਨਾਂ ਮਹਿਰੇ ਇਵੇਂ ਉਹਨਾਂ ਨੂੰ ਕੰਮੀ ਕਹਿੰਦੇ ਆ ਮਹਿਰੇ ਉਹਨਾਂ ਨੂੰ ਹਾਂਜੀ ਹਾਂਜੀ ਸਹੀ ਹੋਰ ਕਿਹੜੇ ਸਨ ਘਰ ਸਿੱਖ ਸਨ ਕਿਹਦਾ ਸਿੱਖ ਸਨ ਮਾਂਗ ਸਿੰਘ ਸੀ ਅਰੋੜ ਸਿੰਘ ਸੀ ਹਾਂਜੀ ਸੋਹਣ ਸਿੰਘ ਸੀ ਹਾਂਜੀ ਕਰਤਾਰ ਸਿੰਘ ਸੀ ਹਾਂਜੀ ਤੇ ਆ ਗੋਪਾਲ ਸਿੰਘ ਜੀ ਦੇ ਪਾਗਰੀ ਦੇ ਬੇਲਾ ਸਿੰਘ ਹਾਂਜੀ ਇਹ ਸਾਰੇ ਗੋਪਾਲ ਸਿੰਘ ਕਰਪਾਲ ਸਿੰਘ ਗੋਪਾਲ ਸਿੰਘ ਗੋਪਾਲ ਸਿੰਘ ਇਹਦਾ ਕੀ ਬਾਰਾ ਹੈ ਹਾਂ ਹਾਂ ਆਪਣਾ ਪਤੀਆਂ ਕਿੰਨੀਆਂ ਹਨ ਬੇਟੇ ਕੋ ਬੜੇ ਘਰ ਨੇ ਤੇ ਭੋਏ ਹੈ ਖਾਣੇ ਅੱਛਾ ਦੇਖੋ ਕਿੰਨੀਆਂ ਪਤੀਆਂ ਪਿੰਡ ਦੀਆਂ ਆਪਣੀ ਦੀਆਂ ਚਾਰ ਪਤੀਆਂ ਚਾਰ ਪਤੀਆਂ ਨੰਬਰਦਾਰ ਵੀ ਚਾਰੇ ਸਨ ਜੀ ਚਾਰੇ ਨੰਬਰਦਾਰ ਚਾਰੇ ਕਿਹੜੇ ਕਿਹੜੇ ਹਨ ਮੁਸਲਮਾਨਾਂ ਦੇ ਕਿ ਸਿੱਖਾਂ ਦੇ ਹਿੰਦੂਆਂ ਦੇ ਇਹ ਨੰਬਰਦਾਰ ਮੁਸਲਮਾਨਾਂ ਦੇ ਸਨ ਚਾਰੇ ਨੰਬਰਦਾਰ ਮੁਸਲਮਾਨ ਸਨ ਉਸੇ ਮੁਸਲਮਾਨ ਅੱਛਾ 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 ਚਾਰੇ ਨੰਬਰਦਾਰ ਮੁਸਲਮਾਨ ਸਨ ਹਾਂਜੀ ਜਿਹੜੇ ਸਿੱਖ ਸਨ ਬਜ਼ੁਰਗੋ ਉਹਨਾਂ ਦੀ ਕੋਈ ਪੈਲੀ ਆਇਆ ਸੀ ਜ਼ਮੀਨ ਸਿੱਖਾਂ ਦੀ ਹਾਂਜੀ ਆਹੋ ਦੋ ਖੂਹ ਸਨ ਅੱਛਾ ਕਿਹੜਾ ਕਿਹੜਾ ਖੂਹ ਤੇ ਕਿੰਨੀ ਕੁ ਪੈਲੀ ਸੀ
मुरब्बे तो ज्यादा दो मुरब्बे तो ज्यादा पाती है 40 किले तो थे पई इन्हां नूं न्याज दे मुंडियां नूं फकीर आयां नूं इतना गई थी तो 40 किले उधर आई थी ना नहीं जी वो तो चलो जी भावें कि नहीं इतनी जी पई है गल तो सू इधर की करनी चाहिए कि इधर उन्होंने पैली वाहवा सी इतने दूम रंबे तो ज्यादा 40 के दो भू सन लहदा लहदा सन इधर सी तो कह सकते उन्होंने माल की कोई चौपड़िया की थी हरोई वाले वो तो लहदा लहदा इन्हें लई सी ना कोई बहने लई सन कोई बह लई सन जद्दी गल तो चौपड़े हिंदू सन हिंदू सन अच्छा चौपड़े हिंदू सन अच्छा चुनी लाल चौपड़ा चौधरी से हिंदू खतरी दसिया ब्राह्मण लाल की काम कार से करते सुनो अपने नंबरदार हजे भी नंबरदार ओ ही ने अपने मुसलमान इथे हुण बरादरी केड़ी केड़ी बैठी हुई इस टाइम जिहड़ी इथे बुजुर्ग मैं पुछने भी केड़े केड़े ने वो तो मैं समझ लग गए ढिल्ले ज्यादा ने इन बरादरी जी दसी ठीक ठीक बुजुर्गो तुम उदो की करते होंगे हो 22 साल दे हो मैं हाँ जी गुरुद्वारा चुनी लाल मुंशी मुंशी सी चुनी लाल साधु साधु हिंदू मास्टर कला ही मास्टर चुनी लाल आते साधु ग्रह तो आ साधु ग्रह का चुनी लाल साइकिल ते आउंदा हुंदा सी चुनी लाल सी ओही पढ़ांदा रहे हाँ जी जदों ये चले गए ने उदों फिर मौलवी अब्दुल हई किलमिया सिंह दा सी ओह इत्थे पढ़ांदा रहे कला ही मास्टर
शैतानी कहते मार बड़ा ही पढ़ा बड़ा मारदा बड़ा असि शरत करते हुए जिस आ राह किकर के कंडे लाके गड छा के आइकल का पेंचर हो जाए मोहल्ली अब्दुल हई सी किलामिया सिंह का उस पढ़ाते रहने। उस तो बाद फिर मास्टर मुराद बख्श जो आया सी इतने साढ़े पिंड का। ये फिर दो मास्टर हो गए कि अब्दुल हई मास्टर थे मुराद बख्छ छोटा मास्टर से। ये पढ़ाते रहे अब्दुल हई सा फौत हो गया तो मुराद बख्श जरा सी ये हेड मास्टर इतने बन गया। उदो फिर मास्टर मोहम्मद सैन आया किले मियाँ सिंह का मास्टर नज़ीर आया किले मियाँ सिंह का। वीर सिंह जी, वीर लाल, मेरे जेने च नहीं, उन्होंने याद आया। मुसलमान ही थे, आम सन फिर भी साढ़े नाल पिंड दी सन। अच्छा, शेर कोट का मंगल सिंह सी, बारह पिंड का मालिक, वो सरदार मंगल सिंह सी ना, वो तो शेर कोट का सी, जिथे पहला सी उथे घर है, साढ़े तो मगरले पासे मंग सिंह का घर सी, मंग सिंह का घर सी, मगरली साढ़ी पीली साइड थे, बैक साइड वो कंध सांझी सी साढ़ी, मंग सिंह दी, मकान चो कट्ठे लग गए, हाँ जी मकान कंडे कट्ठे सन, इसे नाल फिर गोपाल सिंह, हीरा सिंह, निहाल सिंह, ये नाल ही साढ़े गुंठ दे उत्ते नाल लगते सन, थोड़े फास इक घर विच छड्ड के
ਕੋ ਮੁਖਤਲਿਫ ਜ਼ਿਲ੍ਹੇ ਕੋ ਕਰਨਾਲ ਦੇ ਸਨ ਕੋ ਗੁਰਦਾਸਪੁਰ ਦੇ ਸਨ ਕੋਈ ਸਨ ਅੰਮ੍ਰਿਤਸਰ ਦੇ ਕਿਹੜੀ ਕੌਮ ਦੇ ਨੇ ਇਹ ਧੋਬੀ ਵੀ ਸਨ ਇੱਥੇ ਸਾਡੇ ਕੋਲ ਜਿਹੜੇ ਐਸ ਨੇ ਧੋਬੀ ਸਨ ਜਿਹੜੇ ਦੂਜੇ ਨੇ ਸਭ ਸਭ ਰਾਹੀ ਨੇ ਸਾਰੇ ਰਾਹੀ ਸਭ ਸਭ ਰਾਹੀ ਰਾਮ ਚੁਨੀ ਲਾਲ ਦੇ ਔਲਾਦ ਵੀ ਹੋਏਗੀ ਮੁੰਡੇ ਨਾਂ ਯਾਦ ਕਿਸੇ ਦਾ ਹੋਰ ਦਾ ਸਿੱਖ ਤੇ ਹਿੰਦੂ ਖਤਰੇ ਵਗੈਰਾ ਜਿੰਨੇ ਵੀ ਤੁਸੀਂ ਰਹਿ ਰਹੇ ਹੋ ਮੁਸਲਮਾਨ ਵੀ ਮੁਸਲਮਾਨਾਂ ਤੋਂ ਹਟ ਕੇ ਵੀ 47 ਤੋਂ ਪਹਿਲੇ ਤੇ ਆਪਸ ਮਿਲਣ ਵਰਤਨ ਕਿਵੇਂ ਦਾ ਸਾਰੀਆਂ ਕੌਮਾਂ ਦਾ ਮੁਸਲਮਾਨਾਂ ਦਾ ਸਿੱਖਾਂ ਦਾ ਹਿੰਦੂਆਂ ਦਾ ਰਲ ਮਿਲ ਕੇ ਇਕੱਠੇ ਰਹਿੰਦੇ ਸਨ ਕੋਈ ਇਖਲਾਫ਼ ਨਹੀਂ ਸੀ ਕੋਈ ਨਾਰਾਜ਼ਗੀ ਨਹੀਂ ਸੀ ਕੋਈ ਲੜਾਈ ਝਗੜਾ ਕੋਈ ਨਹੀਂ ਸੀ ਉੱਕਾ ਕੋਈ ਨਹੀਂ ਸੀ ਸਭ ਇਕੱਠੇ ਰਹਿੰਦੇ ਸਨ ਇੱਕ ਦੂਜੇ ਨਾਲ ਇਕੱਠੇ ਖਾਂਦੇ ਪੀਂਦੇ ਸਨ ਇਕੱਠੇ ਹੀ ਰਹਿੰਦੇ ਸਨ ਸਾਰੇ ਵਾਲੀਆਂ ਵਿਆਹਾਂ ਸ਼ਾਦੀਆਂ 'ਚ ਇੱਕ ਦੂਜੇ ਨੂੰ ਬੁਲਾਉਂਦੇ ਸਨ ਹਾਂਜੀ ਰੋਟੀ ਪੱਕੀ ਪਕਾਈ ਖਾਣੀ ਆ ਲਹਿਦਾ ਦਿੰਦੇ ਹਾਂ ਆਪਣੇ ਮੁਸਲਮਾਨ ਦੇ ਦਿੰਦੇ ਹਾਂ ਪਕਾਉਣ ਵਾਲਾ ਜਿਹੜੇ ਤੇ ਸਿੱਖ ਸਨ ਉਹ ਤੇ ਪੱਕੀ ਪਕਾਈ ਨਾਲ ਖਾਂਦੇ ਪੀਂਦੇ ਰਹੇ ਨੇ ਜਿਹੜੇ ਹਿੰਦੂ ਸਨ ਉਹ ਲਹਿਦਾ ਦੇ ਦਿੰਦੇ ਸਨ ਹਾਂਜੀ ਸਿੱਖ ਖਾ ਲੈਂਦੇ ਸਨ ਫਿਰ ਸਾਰੇ ਇੱਥੇ ਮੁਸਲਮਾਨ ਹੋ ਕੇ ਗਏ ਨੇ ਇੱਥੇ ਸਾਰੇ ਮੁਸਲਮਾਨ ਹੋ ਕੇ ਨਮਾਜ਼ ਪੜ੍ਹ ਕੇ ਕਲਮੇ ਪੜ੍ਹ ਕੇ ਵੱਡਾ ਗੋਸ਼ਤ ਖਵਾ ਕੇ ਇਹ ਗੋਰਾ ਖੂਹ ਹੁੰਦਾ ਸੀ ਇੱਥੇ ਵੱਡਾ ਗੋਸ਼ਤ ਦਬਾ ਕਰਕੇ
ਸਾਰਿਆਂ ਦਾ ਕੇਸ ਲਾ ਕੇ ਸਾਰਿਆਂ ਨੂੰ ਮੁਸਲਮਾਨ ਕਰਕੇ ਫਿਰ ਇੱਥੇ ਇਹਨਾਂ ਨੂੰ ਗੋਸ਼ਤ ਵੱਡਾ ਕਰਕੇ ਖੁਆਏ ਸਨ ਅਤੇ ਉਦੋਂ ਬਾਅਦ ਆਰਾਮ ਨਾਲ 3-4 ਮਹੀਨੇ ਰਹੇ ਨੇ ਉਦੋਂ ਬਾਅਦ ਗੋਇੰਦਰ ਖਾਤੇ ਇਹਨਾਂ ਮਿਲਟਰੀ ਬਣਾਈ ਆਪਣੀ ਦੇਸ਼ ਵੱਟ ਕੇ ਫਿਰ ਗਿਆ ਹਾਂਜੀ ਅਤੇ ਬਾਅਦ ਵਿੱਚ ਇਹਨਾਂ ਗੋਇੰਦਰ ਖਾਤੇ ਰਾਬਤਾ ਕਿਲੇ ਕੀਤਾ ਸੀ ਸਾਨੂੰ ਉੱਦਾਂ ਹੀ ਪਤਾ ਲੱਗਿਆ ਜਦੋਂ ਡੋਗਰਾ ਫੌਜ ਇੱਥੇ ਆ ਗਈ ਡੋਗਰਾ ਫੌਜ ਆ ਕੇ ਸਕੂਲ ਦੇ ਕੋਲ ਗੱਡੀਆਂ ਖਲੋ ਗਈਆਂ ਨੇ ਉਹ ਆਣ ਕੇ ਕੋਠਿਆਂ ਚੜ੍ਹ ਗਏ ਨੇ ਇਹਨਾਂ ਸਮਾਨ ਸਾਰਾ ਜੋ ਵੀ ਹੈ ਸੀ ਥੋੜ੍ਹਾ ਬਹੁਤਾ ਜਿਹੜਾ ਅਸਲ ਸਮਾਨ ਸੀ ਉਹ ਕੱਢ ਕੁੱਢ ਕੇ ਲੈ ਕੇ ਉਹਦੇ ਬੈਗ 'ਤੇ ਸਾਰੇ ਟੁਰ ਗਏ ਸਾਡੇ ਪਿੰਡ ਕੋਈ ਬੰਦਾ ਨਹੀਂ ਮਰਿਆ ਹਿੰਦੂਆਂ ਦਾ ਉਸ 47 ਦੇ ਦੌਰਾਨ ਵਿੱਚ ਨਾ ਨਾ ਸਿੱਖ ਨਾ ਹਿੰਦੂ ਨਾ ਕੁਝ ਨਹੀਂ ਮਰਿਆ ਬਾਅਦ ਗਏ ਨੇ ਮੁਸਲਮਾਨ 3-4 ਮਹੀਨੇ ਇੱਥੇ ਰਹੇ ਨੇ ਕੁਆਰੀਆਂ ਛੋਰੀਆਂ ਨੇ ਬੂਹਿਆਂ ਨੂੰ ਮਾਰਿਆ ਲੁੱਟ ਮਾਰ ਕੀਤੀ ਇੱਥੇ ਸਾਡੇ ਪਿੰਡ ਦੇ ਨਹੀਂ ਕਿਤੇ ਬਾਹਰ ਦੇ ਕੀਤੀ ਕੋਈ ਗੱਲ ਨੀ ਠੀਕ ਨੀ ਮੈਂ ਜਿਉਂ ਭੱਜਿਆ ਇਹ ਮਾਨ ਸਿੰਘ ਏਡਾ ਜਵਾਨ ਤੇ ਏਡੀ ਬਲਾ ਸੀ ਦਸਾਂ ਬੰਦਿਆਂ ਨੂੰ ਨਹੀਂ ਖੌਫ ਖਾਂਦਾ ਛੁਰੀਆਂ ਲੱਗਦਾ ਹੈ ਨਾ ਹੁਣ ਅਤੇ ਆ ਗਿਆ ਉੱਥੇ ਮੇਰੇ ਕੋਲ ਮੈਨੂੰ ਆਖਾਂਗਾ ਮੈਨੂੰ ਛੁਪਾ ਲਈ ਜਿੱਥੇ ਛਾਪਣਾ ਲਿਆ ਮੈਂ ਕਿਹਾ ਫਿਰ ਉੱਥੇ ਕਮਾਦੇ ਹੁਣ ਲੈ ਚੱਲਣਾ ਉੱਥੇ ਕਮਾਦੇ ਤਿੰਨ ਬਾਵਨਾ ਮੈਂ ਉੱਥੇ ਬਾ ਗਿਆ ਮੈਨੂੰ ਆਖਾਂਗਾ ਪਾਣੀ ਦਾ ਦੋਣਾ ਭਰ ਕੇ ਇੱਥੇ ਧਰ ਲਿਆ ਮੈਂ ਪਾਣੀ ਪੀਆਂ ਦਾ ਅਤੇ ਜਦੋਂ ਲੰਘੇ ਨਾ ਪੀਆਂ ਨੂੰ ਮੈਨੂੰ ਫਿਰ ਦੱਸੀ ਮੈਂ ਫਿਰ ਆਪਣਾ ਮਾਲ ਡੰਗਰ ਜਾ ਕੇ ਸਾਂਭਣਾ ਇਹ ਤਰ੍ਹਾਂ ਦਾ ਜਵਾਨ ਸੀ ਮੁਸਲਮਾਨ ਸੋ ਤੁਸੀਂ ਇੱਕ ਸਿੱਖ ਦੀ ਜਾਨ ਬਚਾਉਣ ਵਾਸਤੇ ਕਮਾਦੇ ਬਿਠਾਇਆ ਪਾਣੀ ਦਿੱਤਾ ਉਹਨੂੰ ਜਾ ਕੇ ਲੈ ਪੀ ਤੇ ਮੈਂ ਬਾਅਦ ਚੱਲ ਜਾਈ ਜਾਣਾ ਹੈਗਾ ਤੁਸੀਂ ਫਿਰ ਹਫਾਜ਼ਤ ਕੀਤੀ ਨਾ ਉਹਦੀ ਬਿਲਕੁਲ ਚੰਗੇ ਬੰਦੇ ਹਰ ਸਾਡਾ ਮਤਲਬ ਉਸ ਇਤਫਾਕ ਸ਼ੁਰੂ ਹੋ ਕੇ ਇਕੱਠਾ ਸੀ ਨਾ ਸਾਰਿਆਂ ਦਾ ਸਾਰੇ ਇੱਕੋ ਜਿਹੇ ਰਹਿੰਦੇ ਇੱਕ ਹੀ ਜਗ੍ਹਾ ਤੇ ਰਹਿੰਦੇ ਸੀ ਇੱਕ ਜਿਹੇ ਦਾ ਸਾਥ ਸੀ ਸਾਨੂੰ 4 ਮਹੀਨੇ ਤੁਹਾਡੇ ਨਾਲ ਬਜ਼ੁਰਗ ਨਮਾਜ਼ ਪੜ੍ਹਦੇ ਰਹੇ ਹਾਂਜੀ ਨਮਾਜ਼ ਪੜ੍ਹਦੇ ਰਹੇ ਜੇ ਸਿਆਣੇ ਸਨ ਨਮਾਜ਼ ਪੜ੍ਹਦੇ ਰਹੇ ਤੁਸੀਂ ਤੇ ਅੰਦਰ ਤੁਹਾਡੇ ਨਾਲ ਹਾਂਜੀ ਵੱਡਾ ਕੁਛ ਕਰਕੇ ਖਵਾਇਆ ਉਹਨਾਂ ਨੂੰ ਉਹਦਾ ਖਾਣਾ ਸਹੀ ਮੁਸਲਮਾਨ ਹੋ ਗਿਆ ਨਾ ਹਾਂ ਸਹੀ ਮੁਸਲਮਾਨ ਬਿਲਕੁਲ ਖਾਂਦੇ ਵੀ ਰਹੇ ਹਾਂਜੀ ਉਹ ਮੋਏ ਉਤਲੇ ਨਹੀਂ ਜਾ ਸਾਰੀ ਬਾਤ ਜਦੋਂ ਚਲੇ ਗਏ ਨਾ ਤਾਂ ਜਾ ਕੇ ਹਿੰਦੂ ਸਿੱਖ ਹੀ ਹੋ ਗਏ ਰਹਿੰਦੇ ਹੋ ਗਏ ਹਾਂਜੀ ਸਹੀ ਹੈ ਮਾਨ ਸਿੰਘ ਦਾ ਇੱਕੋ ਮੁੰਡਾ ਸੀ ਅੱਛਾ ਅੱਛਾ ਹਾਂਜੀ ਕਰਤਾਰ ਸਿੰਘ ਸੀ ਨਾ ਇੰਦਰ ਸਿੰਘ ਇੰਦਰ ਸਿੰਘ ਉਹਦਾ ਨਾਂ ਸੀ ਮਾਨ ਸਿੰਘ ਦਾ ਮੁੰਡਾ ਸੀ ਨਿੱਕਾ ਜਿਹਾ ਮੁੰਡਾ ਸੀ ਛੇੜ ਕਰ ਗਿਆ ਉਹ ਆਪ ਦੇ ਜਵਾਨ ਬੜਾ ਸੀ ਤੇ ਮੁੰਡਾ ਨਾ ਹੌਲਾ ਜਿਹਾ ਆਈ ਸੀ ਹਾਲੀ ਬੱਚਾ ਸੀ ਨਾ ਹਾਂ ਉਹ ਉਤਰਾ ਬੜਾ ਸੀ ਮਤਲਬ ਸਾਡਾ ਆਣੀ ਸੀ ਨਾ ਅੱਛਾ ਬਜ਼ੁਰਗੋ ਇਹਨਾਂ ਵਿੱਚੋਂ ਮੁਸਲਮਾਨਾਂ 'ਚੋਂ ਅਤੇ ਸਿੱਖਾਂ 'ਚ ਹਿੰਦੂਆਂ 'ਚੋਂ ਸਾਰਿਆਂ ਨੂੰ ਜਵਾਨ ਕਿਹੜਾ ਸੀ ਵਾਹਵਾ ਕੱਦ ਵਾਲਾ ਦੇ ਜਿਨ੍ਹਾਂ ਦੇ ਬੜੇ ਆਉਂਦੇ ਸੁਣਨੇ ਸੀ ਬਜ਼ੁਰਗਾਂ ਕੋਲੋਂ ਬੜੇ ਬੜੇ ਜਵਾਨ ਹੁੰਦੇ ਮੁਸਲਮਾਨ ਵੀ ਸਿੱਖ ਵੀ ਕਿਹੜੇ ਤੁਹਾਡੇ ਪਿੰਡ ਦੇ ਸਾਰੇ ਜਵਾਨ ਮਹਾਂਗਾ ਤੇ ਬੜਾ ਜਵਾਨ ਸੀ ਡਰਦਾ ਸੀ ਸਾਡੇ ਪਿੰਡ ਅਲੀ ਸ਼ਾਹ ਨੇ ਦਾ ਚਾਚਾ ਇਧਰ ਸ਼ਾਹ
ਹੈਦਰ ਸ਼ਾਹ ਇਹਨਾਂ ਦੋਵਾਂ ਤੋਂ ਡਰ ਚਾਲੂ ਸੀ ਔਰ ਸਿੱਖ ਨੂੰ ਸਿੱਖ ਡੋਲਦਾ ਨਹੀਂ ਸੀ ਮੁਸਲਮਾਨਾਂ ਵਿੱਚੋਂ ਕਿਹੜਾ ਸੀ ਜੀ ਜਵਾਨ ਉਹ ਤੇ ਪਹਿਲਵਾਨ ਸੀ ਕੌਡੀ ਦਾ ਬੜਾ ਪਹਿਲਵਾਨ ਸੀ ਸੈਨ ਕਸ਼ਮੀਰੀ ਮੁਸਲਮਾਨ ਕਬੱਡੀ ਸ਼ਬੱਡੀ ਖੇਡਦਾ ਮੁਸਲਮਾਨ ਸੀ ਬੜਾ ਮਸ਼ਹੂਰ ਸੀ ਬੜੀ ਦੂਰ ਦੂਰ ਤੱਕ ਜਾ ਕੇ ਕਬੱਡੀ ਉਹਨੇ ਖੇਡੀ ਹੈ ਬਹੁਤ ਜਵਾਨ ਸੀ ਬੜਾ ਮਤਲਬ ਜਿੱਥੇ ਵੀ ਗਏ ਸੀ ਉੱਥੇ ਕਬੱਡੀ ਨਾਲ ਜਿੱਤ ਕੇ ਆਉਂਦੇ ਰਹਿਣ ਸਾਰੇ ਹਾਂਜੀ ਬੜੀ ਦੂਰ ਦੂਰ ਤੱਕ ਸੁਹਾਗਾ ਚੁੱਕਣਾ ਆਪਣਾ ਕੌਡੀ ਖੇਡਣੀ ਆਂਦਾ ਨਗਰ ਵਾਲੇ ਸ਼ਰਾਬਤ ਜੀ ਨੇ ਆਖਿਆ ਆਂਦਾ ਨਗਰ ਵਾਲੇ ਸ਼ਰਾਬਤ ਜੀ ਨੇ ਆਖਿਆ ਬਿਲਕੁਲ ਗਰੀਬ ਮੇਰੇ ਕੋਲ ਟੋਟ ਚਾਲ ਕਦੀ ਰੋਟੀ ਖਾਣੀ ਹੈ ਲੱਭਣੀ ਹੈ ਖਾ ਲਈ ਨਹੀਂ ਤੇ ਖਾ ਲਈ ਮੈਂ ਗਿਆ ਮੇਰੇ ਘਰ ਗਏ ਨੇ ਸਾਡੇ ਘਰ ਗਏ ਨੇ ਉੱਥੋਂ ਕਾਢੀ ਲੁੱਦੀ ਦੁੱਧ ਕੇ ਪੀ ਕੇ ਟੁਰ ਗਏ ਜੇ ਕਦੀ ਕਿਸੇ ਮੰਨੇ ਨਹੀਂ ਸੀਗੇ ਉਹਨਾਂ ਨੇ ਕੀਤਾ ਅਹਿਸਾਬ ਸੀ ਘਿਓ ਪਿਆ ਘਿਓ ਪਾ ਅੰਦਰੀ ਵਰ ਕੇ ਘਿਓ ਭਰ ਕੇ ਖਾ ਛੱਡਦਾ ਹੁੰਦਾ ਸੀ ਅਤੇ ਕੋਈ ਨਹੀਂ ਆਉਂਦੇ ਭਲਵਾਨ ਹੈ ਸਾਡੇ ਪਿੰਡ ਦਾ ਹੈ ਸਾਡੇ ਪਿੰਡ ਦਾ ਭਲਵਾਨ ਹੈ ਇੰਨੀ ਕੋਈ ਕਦਰ ਸੀ ਉਹਦੀ ਅੱਛਾ ਬਜ਼ੁਰਗੋ ਜਦੋਂ ਜਿਵੇਂ ਸਾਡਾ ਈਦ ਆ ਗਈ ਰਬੀਅਲ ਵਾਲਾ ਆ ਗਿਆ ਸਾਡੇ ਤਿਉਹਾਰ ਹੁੰਦੇ ਮੁਸਲਮਾਨਾਂ ਦੇ ਸਿੱਖਾਂ ਦੇ ਹਿੰਦੂਆਂ ਦੇ ਤਿਉਹਾਰ ਹੁੰਦੇ ਨੇ ਹੁੰਦੇ ਨੇ ਉਹ ਆਪਣਾ ਕਿਵੇਂ ਮਨਾਉਂਦੇ ਹਨ ਮੁਸਲਮਾਨ ਤੰਗ ਤੇ ਉਹਨੂੰ ਕਦ ਰੋਕਦੇ ਹਾਂ ਨਹੀਂ ਨਹੀਂ ਕੋਈ ਨਹੀਂ ਸੀ ਰੋਕਦਾ ਉਹ ਆਪਣੀ ਦੀਵਾਲੀ ਸ਼ਵਾਲੀ ਸਾਰੀ ਕਰਦੇ ਸੀ ਕੀ ਕਰਦੇ ਹਨ ਦੀਵਾਲੀ ਦੀਵੇ ਦੂਵੇ ਬਾਲਦੇ ਸਨ ਮੋਮਬੱਤੀਆਂ ਬਾਲਦੇ ਸਨ ਸਾਰੇ ਆਪਣੇ ਰੱਖਦੇ ਸਨ ਸਭਨੀ ਕੋਠਿਆਂ ਦੇ ਉੱਤੇ ਵੀ ਅਤੇ ਆਪਣੇ ਗੁਰਦੁਆਰੇ 'ਤੇ ਵੀ ਸਾਰਾ ਬੱਤੀਆਂ ਨਾ ਨਾ ਬਲਕਿ ਅਸੀਂ ਆਪ ਵੀ ਉਹਨਾਂ ਨੂੰ ਵੇਖ ਕੇ ਅਸੀਂ ਬਾਲਦੇ ਹੁੰਦੇ ਸਾਂ ਆਪਣੇ ਕੋਠਿਆਂ 'ਤੇ ਨਾ ਅਸੀਂ ਵੀ ਬਾਲਦੇ ਹੁੰਦੇ ਉਹਨਾਂ ਨੂੰ ਵੇਖ ਕੇ ਖੁਸ਼ੀ ਤੇ ਨਹੀਂ ਸਰ ਕਰਦੇ ਪਰ ਸਰਵਾਂ ਦੇ ਕੁਝ ਨਹੀਂ ਸਨ ਕੋਈ ਗੱਲ ਨਹੀਂ ਸਨ ਕਰਦੇ ਆਜ਼ਾਦੀ ਸੀ ਮੇਰੀ ਜਦੋਂ ਹਾਰ ਲਾਇ ਤੇ ਸਰਾਜ ਮੇਰੀ ਉਸੇ ਨਿਕਲ ਕੇ ਬਾਹਰ ਛਾਰ ਮਤੇ ਕਿ ਸੈਨ ਤਿਆਰੀ ਪਿੱਛੇ ਵੀ ਫਿਰ ਕੌਡੀ ਖੇਡ ਨਿਕਲ ਜਾਂਦਾ ਖੇਡਦੇ ਜਿੱਤ ਕੇ ਆਉਂਦੇ ਸਨ ਜਿੱਥੇ ਵੀ ਜਾਂਦੇ ਜਿੱਤ ਕੇ ਆਉਂਦੇ ਸਨ ਉਹ ਜਿਹੜਾ ਨਿਕਲਣਾ ਨਾ ਪੇੜੇ 'ਚ ਬੰਦਿਆਂ ਆਖਣ ਸੈਨਗੀ ਆਖ ਸੈਨਗੀ ਮੀਰੀ ਮੇਰੀ ਕਿਲੇ ਬੈਠਿਆ ਹੋਣਾ ਨਾ ਮੈਂ ਅੱਛਾ ਬਜ਼ੁਰਗ ਉਹ ਵਕਤ ਸਹੀ ਸੀ ਜਾਂ ਹੁਣ ਹੁਣ ਦੇ ਵਕਤ ਸਹੀ ਨੇ ਹੁਣ ਦੇ ਲਿਹਾਜ਼ ਨਾਲ ਉਹ ਕਿਵੇਂ ਵਕਤ ਸਹੀ ਸੀ ਉਹ ਜੋ ਅਗਰ ਸਹੀ ਸੀ ਤੁਹਾਡੇ ਦੇਣ ਮੁਤਾਬਕ ਉਸ ਵੇਲੇ ਕਿ ਹਸਦ ਕੋਈ ਨਹੀਂ ਸੀ ਅੱਛਾ ਕਿਸੇ 'ਤੇ ਵੀ ਹੁਣ ਹਸਦ ਬਹੁਤ ਜ਼ਿਆਦਾ ਹੋ ਗਿਆ ਹੁਣ ਹਸਦ ਹੋ ਗਿਆ ਉਸ ਵੇਲੇ ਹਸਦ ਕੋਈ ਨਹੀਂ ਸੀ ਭਾਵੇਂ ਸਿੱਖ ਸੀ ਹਿੰਦੂ ਸੀ ਈਸਾਈ ਸੀ ਕੋਈ ਵੀ ਸੀ ਹਸਦ ਨਹੀਂ ਸੀ ਬੰਦਾ ਸੜਦਾ ਨਹੀਂ ਸੀ ਬੰਦਾ ਹੁਣ ਹਸਦ ਬਹੁਤ ਜ਼ਿਆਦਾ ਹੋ ਗਿਆ ਬਹੁਤ ਜ਼ਿਆਦਾ ਅਸਰ ਹੋ ਗਿਆ ਇੱਕ ਦੂਜੇ ਉੱਤੇ ਵੇਖ ਕੇ ਸ਼ਰਮੋ ਜਿਹਾ ਉਦੋਂ ਜ਼ਿਆਦਾ ਸੀ ਜਾਂ ਹੁਣ ਵੀ ਕਰਦੇ ਹਾਂ ਅਸੀਂ ਵੱਡੇ ਤੁਹਾਡੇ ਉਦੋਂ ਬਹੁਤ ਜ਼ਿਆਦਾ ਸੀ ਉਦੋਂ ਸ਼ਰਮੋ ਜਿਹਾ ਬਹੁਤ ਜ਼ਿਆਦਾ ਸੀ ਪਿੰਡ ਦੀ ਧੀ ਭੈਣ ਨਿਕਲਣੀ ਹਾਂਜੀ ਤੇ ਬਹੁਤ ਜ਼ਿਆਦਾ ਸ਼ਰਮੋ ਜਿਹਾ ਸੀ ਉਸ ਵਕਤ ਜੇ ਹੁਣ ਬਾਜ਼ਾਰਾਂ ਵਿੱਚ ਔਰਤਾਂ ਲੱਗੀ ਫਿਰਦੇ ਹਾਂਜੀ ਵਡੇਰੀ ਜਾਂਦੀਆਂ ਹੋਣ ਕਿ ਕੰਮ ਕੋਈ ਜੇ ਜਾਂਦੀ ਹੋਈ ਬਾਹਰ ਵੇਖੋ ਜੀ ਬੀਬੀਆਂ ਰੋਟੀ ਲੈ ਕੇ ਉਸੇ ਪੱਤੇ ਲੈ ਕੇ ਖੂਹਾਂ 'ਤੇ ਰੋਟੀਆਂ ਲੈ ਕੇ ਜਾਂਦੀਆਂ ਸਨ ਲੇਕਿਨ ਜਿਹੜੀ ਹੁਣ ਬੇਜ ਆਈ ਉਸ ਵਕਤ ਕੋਈ ਨਹੀਂ ਸੀ ਸ਼ਾਹਜੋ ਨਾਜ਼ਰ ਕੋ ਕੁਦੇ ਇੱਕ ਹੋਵੇ ਕਿਹੋ ਜਿਹੇ ਹੋਵੇ ਬਾਰਾ ਇੰਨਾ ਅਸੀਂ ਇਸ ਸ਼ੋਰ ਵੀ ਨਹੀਂ ਸਾਨੂੰ ਇੰਨਾ ਬੜਾ ਅਤੇ ਜ਼ਿਆਦਾ ਵੀ ਨਹੀਂ ਸੀ ਪਤਾ ਕਰਨਗੇ ਵੀ ਅੱਜ ਕਰਕੇ ਅਸੀਂ ਬਜ਼ੁਰਗੋਂ ਸੁਣਦੇ ਨੇ ਅਕਸਰ ਵੀਡੀਓ ਤੋਂ ਬਗੈਰ ਵੀ ਸੁਣੀਦਾ ਉਹਨੇ 20 ਸਾਲ 30 ਸਾਲ ਦੇ ਬੱਚੀਆਂ ਬੱਚੇ ਪਤਾ ਨਹੀਂ ਸੀ ਕੱਟੇ ਖੇਡਦੇ ਅਸੀਂ ਆਪ ਖੇਡਦੇ 20 ਸਾਲ ਹੁਣ ਬੜੀ ਉਮਰ ਬੱਚੀਆਂ ਸਾਡੀ ਉਮਰ ਦੀਆਂ ਉਮਰ ਜਿਹੜੀਆਂ ਬੱਚੇ ਨੇ ਅਸੀਂ ਰਲ ਕੇ ਸਾਰੇ ਇਕੱਠੇ ਖੇਡਦੇ ਰਹੇ ਸਾਰੀ ਸਾਰੀ ਰਾਤ ਮੀਟੀ ਖੇਡਦੇ ਰਹਿਣਾ ਇਹ ਨਹੀਂ ਕਿ ਪਿੰਡ ਵਿੱਚ ਬਾਹਰ ਪੈਲੀਆਂ ਵਿੱਚ ਸਾਰੀ ਸਾਰੀ ਰਾਤ ਬਾਹਰ ਪੈ ਗਏ ਮੀਟੀ ਖੇਡਦੇ ਕੋਈ ਖਿਆਲ ਵੇਹੀ ਇਹਦਾ ਖਿਆਲ ਹੀ ਕੋਈ ਨਹੀਂ ਸੀ ਸਹੀ ਸਹੀ ਅੱਛਾ ਜਦੋਂ ਉਹ ਚਲੇ ਗਏ ਨੇ ਸਿੱਖ ਇੱਥੋਂ ਹਾਂਜੀ ਸਾਰੇ ਇਕੱਠੇ ਨਿਕਲ ਗਏ ਨੇ ਦਿਨੇ ਗਏ ਬਕਾਇਆ ਰਾਤ ਜੀ ਦਿਨੇ ਗਏ ਨੇ ਸਾਰੇ ਇਕੱਠੇ ਗਏ ਨੇ ਤਿੰਨ ਚਾਰ ਮਹੀਨੇ ਬਾਅਦ ਮੁਸਲਮਾਨ ਹੋ ਕੇ ਸਭ ਕੁਝ ਉਹ ਆ ਕੇ ਨਹੀਂ ਉਹ ਇਹ ਚੁੰਨੀ ਲਾਲ ਨੇ ਕੋਸ਼ਿਸ਼ ਕੀਤੀ ਸੀ ਚੁੰਨੀ ਲਾਲ ਹੀ ਕਿੱਧਰੋਂ ਦੂਜਿਆਂ ਨੂੰ ਸ਼ਾਇਦ ਪਤਾ ਹੋਵੇ ਚੁੰਨੀ ਲਾਲ ਹੀ ਕੋਸ਼ਿਸ਼ ਕਰਕੇ ਅਤੇ ਡੋਗਰਾ ਮਿਲਟਰੀ ਮੰਗਵਾਈ ਸੀ ਅਤੇ ਗੱਡੀਆਂ ਇੱਥੇ ਆ ਗਈਆਂ ਹਨ ਇਸ ਸਕੂਲ ਦੇ ਕੋਲ ਇੱਥੇ ਆਈਆਂ ਅਤੇ ਸਾਨੂੰ ਉਹਦੇ ਪਤਾ ਜਦੋਂ ਡੋਗਰਾ ਭੱਜ ਕੇ ਅਤੇ ਕੋਠੇ 'ਤੇ ਚੜ੍ਹ ਗਏ ਨੇ
ਰਫਨਾ ਲੈ ਕੇ ਉਹ ਕੋਠੇ ਉੱਤੇ ਖਲੋ ਗਏ ਨੇ ਨਾ ਆਪਣਾ ਜੋ ਕੋਈ ਲੈਣਾ ਦੇਣਾ ਲੈ ਦੇ ਕੇ ਗੱਡੀਆਂ ਹੀ ਬਹਿ ਕੇ ਸਾਰੇ ਟੁੱਟ ਗਏ ਸਾਡੇ ਸਾਹਮਣੇ ਗਏ ਨੇ ਦਿਨੇ ਗਏ माल दौलत लै गए ने बाकी जेरे मंजी वे दूजा जो समान सी पर इत्थे रह गया जो चले गए बाद जमीन बल्कि दुआ की जमीन है सानू भी लाड़ रही है ਅਸੀਂ ਵੀ ਕੋਈ ਚਿਹਰੇ ਸਾਲ ਖੰਡ ਖਾਂਦੇ ਰਹੇ ਜਦੋਂ ਮੀਨ ਜ਼ਮੀਨਾਂ ਹਿੰਦੂਆਂ ਦੀਆਂ ਉੱਧਰੋਂ ਆਈਆਂ ਨਾ ਮੁਸਲਮਾਨਾਂ ਦੀਆਂ ਹਿੰਦੂ ਇੰਡੀਆ 'ਚੋਂ ਜ਼ਮੀਨਾਂ ਆਈਆਂ ਉਦੋਂ ਫਿਰ ਇਹਨਾਂ ਉਲਾਟ ਹੋਈਆਂ ਨੇ ਨਹੀਂ ਤਾਂ ਸਾਨੂੰ ਆਹ ਦੀ ਲਾੜ ਸਾਨੂੰ ਵੀ ਸੀ ਅਸੀਂ ਬਾਈ ਕਰਦੇ ਰਹੇ ਸਾਡੇ ਵੀਰੇ ਮੇਰੇ ਭਾਈ ਵੱਡੇ ਸਨ ਸਾਡੇ ਵਾਲਦ ਰਹੀ ਸਾਰੇ ਬਾਈ ਕਰਦੇ ਨੇ ਅਸੀਂ ਵਹਿੰਦੇ ਰਹੇ ਹਾਂ ਬੜੀ ਸ਼ਹਿਰਾਂ ਪਤਾ ਸਾਡੀ ਬੜੀ ਵੱਡੀ ਬਾਈ ਹੁੰਦੀ ਸੀ ਹਾਂਜੀ ਅੱਛਾ ਬਜ਼ੁਰਗ ਜੀ ਚਲੇ ਗਏ ਨੇ ਤੁਹਾਡੇ ਪਿੰਡ ਦੇ ਸਾਰੇ ਸਿੱਖ ਵੀ ਖੱਤਰੀ ਹਿੰਦੂ ਜਿੰਨੇ ਵੀ ਹਨ ਹਾਂਜੀ ਉਹ ਤੋਂ ਬਾਅਦ ਆਪਣਾ ਪਿੰਡ ਵੇਖਣਾ ਆਏ 47 ਤੋਂ ਬਾਅਦ ਇੱਕ ਆਇਆ ਸਿਰ ਗੋਪਾਲ ਸਿੰਘ ਆਇਆ ਗੋਪਾਲ ਸਿੰਘ ਪਿੰਡ ਗੋਪਾਲ ਸਿੰਘ ਹੀ ਆਇਆ ਨਾ ਕਿਉਂਕਿ ਮੇਰੀ ਅੰਮਾ ਨੂੰ ਗੋਪਾਲ ਸਿੰਘ ਜਦੋਂ ਉੱਥੇ ਆਇਆ ਕਿ ਮੇਰੀ ਭੈਣ ਜੀਵਾਂ ਜਿਹੜੀ ਹੈ ਉਹਨੂੰ ਸੱਦ ਕੇ ਲਿਆਓ ਮੇਰੀ ਭੈਣ ਜੀਵਾਂ ਜਿਹੜੀ ਮੇਰੀ ਬੀਬੀ ਨੇ ਸੀ ਨਿਆ ਉਹਨੂੰ ਦੇਣਾ ਉਹਦੀ ਮੇਰੀ ਬੀਬੀ ਦੀ ਭੈਣ ਸੀ ਬਣੀ ਮਤਲਬ ਕਿ ਜਿਹੜੀ ਗੋਪਾਲ ਸਿੰਘ ਦੀ ਬੀਵੀ ਸੀ ਨਾ ਉਹ ਸਾਡੀ ਵਾਲਦਾ ਦੀ ਭੈਣ ਬਣੀ ਭੈਣ ਬਣੀ ਹਾਂਜੀ ਹਾਂਜੀ ਭੈਣ ਬਣੀ ਸੀ ਮਕਾਨ ਚੋਂ ਨੇੜੇ ਨੇੜੇ ਭੈਣ ਬਣੀ ਸੀ ਜਿਵੇਂ ਹੁਣ ਵਡੇਰੀਆਂ ਜਿਹੜੀਆਂ ਨਾਲ ਦੇ ਘਰ ਚਲ ਜਾਂਦੀਆਂ ਉਹ ਭੈਣਾਂ ਬਣੀਆਂ ਤੇ ਬੜਾ ਸਲੂਕ ਸੀ ਜਦੋਂ ਆਇਆ ਪਹਿਲਾਂ ਸਭ ਤੋਂ ਪਹਿਲਾਂ ਉਹ ਆਖਿਆ ਕਿ ਭੈਣ ਜੀਵਾਂ ਜਿਉਂਦੀ ਹੈ ਉਹਨਾਂ ਆਖਿਆ ਜੀ ਜਿਉਂਦੀ ਮੇਰੀ ਅੰਮਾ ਦੇ ਨਾਲ ਜੀਵਾਂ ਸੀ ਮੈਰੀ ਜੀਵਾਂ ਮੈਰੀ ਜਿਉਂਦੀ ਹੈ ਉਹਨਾਂ ਆਖਿਆ ਜੀ ਜਿਉਂਦੀ ਹੈ ਅਤੇ ਉਹਨਾਂ ਆਖਿਆ ਮੈਂ ਉਹਨੂੰ ਪਹਿਲਾਂ ਲਿਆਓ ਉਸ ਵੇਲੇ ਕਮਜ਼ੋਰ ਸਨ ਵਡੇਰੇ ਸਨ ਬਹੁਤ ਉਮਰ ਪਾ ਕੇ ਫੌਤ ਹੋਏ ਨੇ ਅਤੇ ਮੇਰੇ ਵੱਡੇ ਭਾਈ ਚੁੱਕ ਕੇ ਲੈ ਗਿਆ ਉੱਥੇ ਬਹਿ ਕੇ ਮੈਨੂੰ ਸਾਹਮਣੇ ਉਹਨਾਂ ਫਿਰ ਗੱਲਾਂ ਬਾਤਾਂ ਕੀਤੀਆਂ ਉਹਨੇ ਪੁੱਛਿਆ ਤੇਰੀ ਭੈਣ ਵੀ ਸਲਾਮ ਤਾਂ ਦਿੰਦੀ ਸੀ ਆਹ ਗੱਲ ਆਹ ਬਾਤ ਹੈ ਇਹਨੇ ਸਾਡੀ ਅੰਮਾ ਨੇ ਜਾ ਕੇ ਪਿਆਰ ਸ਼ਿਆਰ ਸਭ ਕੁਝ ਕੀਤਾ ਕਰਾਇਆ ਉਹਨਾਂ ਨਾਲ ਪਿਆਰ ਦਿੱਤਾ ਅਤੇ ਸਹੀ ਹਾਂਜੀ ਅਤੇ ਉਹਦਾ ਨਾਂ ਨਹੀਂ ਤੁਹਾਨੂੰ ਯਾਦ ਤੁਹਾਡੀ ਅੰਮਾ ਦੀ ਜਿਹੜੀ ਸਹੇਲੀ ਭੈਣ ਬਣੀ ਸੀ ਉਹ ਨਾਂ ਯਾਦ ਕੀ ਸੀ ਨਹੀਂ ਮੇਰੇ ਨਾਂ ਨਹੀਂ ਯਾਦ ਦੱਸਿਆ ਵੀ ਉਹ ਭੁੱਲ ਗਿਆ ਮਤਲਬ ਨਹੀਂ ਯਾਦ ਨਹੀਂ ਮੇਰੇ ਮੈਂ ਚਾਚੀ ਜਿਹੜੇ ਤੁਹਾਡੇ ਇੱਥੇ ਪਿੰਡ ਦੇ ਰਹਿਣ ਵਾਲੇ ਸਨ ਸਿੱਖ ਸਰਦਾਰ ਜਿਹੜੇ ਇੱਥੋਂ ਗਏ ਨੇ ਤੁਸੀਂ ਦੱਸਿਆ ਕਿ ਉਹਨਾਂ ਦਾ ਅਤੇ ਸਾਡਾ ਜਿਹੜਾ ਮੁਸਲਮਾਨਾਂ ਦਾ ਆਪਸ ਬੜਾ ਪਿਆਰ ਸੀ ਬੜੀ ਵਰਤੋਂ ਭਾਜੀ ਸੀ ਬੜੇ ਪਿਆਰ ਨਾਲ ਰਹਿ ਰਹੇ ਸਨ ਹੋਰ ਤੁਹਾਡੇ ਤੁਸੀਂ ਦੱਸਿਆ ਕਲਾਸ ਵਾਲੇ ਵੀ ਸਨ ਮੇਰੇ ਸਿੱਖਾਂ ਦੇ ਮੁੰਡੇ ਹਿੰਦੂਆਂ ਦੇ ਮੁੰਡੇ ਇਕੱਠੇ ਪੜ੍ਹਦੇ ਰਹੇ ਤੁਹਾਡੀ ਵਾਲਦਾ ਦੀ ਜਿਹੜੀ ਉਹ ਇੱਕ ਜਿਹੜੀ ਉੱਥੋਂ ਸਿੱਖ ਔਰਤ ਸੀ ਉਹ ਭੈਣਾਂ ਬਣੀਆਂ ਸਨ ਭੈਣਾਂ ਬਣੀਆਂ ਜਿਹੜੇ ਤੁਹਾਡੇ ਪਿੰਡ ਉੱਥੋਂ ਗਏ ਨੇ ਜਾਂ ਤੁਹਾਡੇ ਕਲਾਸ ਵਾਲੇ ਹੋ ਸਕਦਾ ਉਹ ਜ਼ਿੰਦਾ ਹੋਣ ਅਗਰ ਨਾ ਜ਼ਿੰਦਾ ਹੋਣ ਉਹਨਾਂ ਦੀ ਲਾਜ਼ ਜ਼ਿੰਦਾ ਹੋਏ ਅਸੀਂ ਉਹਨਾਂ ਨੂੰ ਪੈਗਾਮ ਦਿੰਦੇ ਹਾਂ ਕਿ ਆਓ ਸਾਨੂੰ ਆ ਕੇ ਮਿਲੋ ਆਪਣਾ ਪਿੰਡ ਵੇਖੋ ਸਾਡੇ ਨਾਲ ਆਣ ਕੇ ਮਿਲੋ ਜਿਲੋ ਸਭ ਇਕੱਠੇ ਹਾਂ ਅਸੀਂ ਉਹਨਾਂ ਨਾਲ ਪੜ੍ਹਦੇ ਪੁੜਦੇ ਰਹੇ ਨੇ ਸਾਰੇ ਜਿਹੜੇ ਸਾਡੇ ਨਾਲ ਮੇਰਾ ਨਾਮ ਮੁਹੰਮਦ ਸਾਦਿਕ ਮਹਿਰ ਹੈ ਗੁਲਾਮ ਮੁਹੰਮਦ ਮਹਿਰ ਦਾ ਛੋਟਾ ਭਾਈ ਹਾਂ ਮੈਂ ਛੋਟਾ ਭਾਈ ਹਾਂ ਬੁਲੰਦ ਮਹਿਰ ਦਾ ਮੈਂ ਛੋਟਾ ਪੁੱਤਰ ਹਾਂ ਹਾਂ ਛੋਟਾ ਪੁੱਤਰ ਹਾਂ ਮੈਂ ਅਤੇ ਅਸੀਂ ਸਾਰੇ ਇੱਕ ਦੂਜੇ ਨੂੰ ਇਕੱਠੇ ਅਸੀਂ ਰਹਿੰਦੇ ਸਾਂ ਇਕੱਠੇ ਸਭ ਕੁਝ ਸੀ ਅਸੀਂ ਦਾਵਤ ਦਿੰਦੇ ਹਾਂ ਤੁਹਾਨੂੰ ਕਿ ਸਾਡੇ ਕੋਲ ਆਓ ਆ ਕੇ ਸਾਨੂੰ ਮਿਲੋ ਅਤੇ ਸਾਨੂੰ ਦੱਸਿਆ ਅਸੀਂ ਵੀ ਤੁਹਾਡੇ ਕੋਲ ਇਨਸ਼ਾਅੱਲਾ ਜਾਵਾਂਗੇ ਜਾ ਕੇ ਮਿਲਾਂਗੇ ਅਗਰ ਮੇਰੀ ਵਾਲਦਾ ਦੀ ਭੈਣ ਬਣੀ ਸੀ ਗੋਪਾਲ ਸਿੰਘ ਦੀ ਬੀਵੀ ਅਤੇ ਉਹ ਵੀ ਜ਼ਿੰਦਾ ਨੇ ਅਤੇ ਉਹਨਾਂ ਨੂੰ ਇਸਲਾਮ ਅਸੀਂ ਅਰਜ਼ ਕਰਨਾ ਆਓ ਆ ਕੇ ਸਾਡੇ ਕੋਲ ਆਣ ਕੇ ਸਾਨੂੰ ਮਿਲੋ ਵਡੇਰੀ ਹੋ ਸਕਦਾ ਹੋ ਗਈ ਹੁਣ ਹਾਂਜੀ ਗੋਪਾਲ ਸਿੰਘ ਵੀ ਫੌਤ ਹੋ ਗਿਆ ਉਹਨਾਂ ਦੇ ਕੋਲ ਔਲਾਦ ਹੋਏ ਤੇ ਔਲਾਦ ਨੂੰ ਕਹਿ ਦੋ ਹਾਂਜੀ ਅਗਰ ਉਹਨਾਂ ਦੀ ਔਲਾਦ ਹੈ ਤੇ ਆਉਣ ਆਣ ਕੇ ਸਾਨੂੰ ਮਿਲਣ ਕਿਉਂਕਿ ਮਕਾਨ ਇਹਨਾਂ ਦੇ ਸਾਡੇ ਇਕੱਠੇ ਸਨ ਸਾਰਿਆਂ ਦੇ ਸਾਡੇ ਹਮਸਾਏ ਸਨ ਸਾਡੀ ਹਾਂਜੀ ਹਾਂਜੀ ਭੈਣਾਂ ਸਨ ਹਾਂ ਸਾਡਾ ਦਿਲ ਕਰਦਾ ਮਿਲਣ ਕੋਈ ਆਓ ਕਿ ਸਾਨੂੰ ਆ ਕੇ ਮਿਲੋ ਤੁਸੀਂ ਅਤੇ ਇਨਸ਼ਾਅੱਲਾ ਅਸੀਂ ਵੀ ਤੁਹਾਨੂੰ ਜਾ ਕੇ ਮਿਲਾਂਗੇ ਆ ਕੇ ਦੱਸੋਗੇ ਤੁਹਾਨੂੰ ਤੇ ਵੀ ਸਾਨੂੰ ਹਾਲੀ ਤੁਹਾਡਾ ਪਤਾ ਨਹੀਂ ਤੁਹਾਨੂੰ ਤਾਂ ਪਤਾ ਪਿੰਡ ਦਾ ਸਾਨੂੰ ਨਹੀਂ ਪਤਾ ਸਾਨੂੰ ਪਤਾ ਲੱਗ ਜਾਂਦਾ ਅਸੀਂ ਤੁਹਾਡੇ ਕੋਲ ਜਾ ਕੇ ਤੁਹਾਨੂੰ ਮਿਲੀਏ ਤੇ ਤੁਹਾਨੂੰ ਅਸੀਂ ਏਡਾ ਵਧੇ ਨੇ ਕਿ ਉਹ ਸਾਡੇ ਕੋਲ ਆ ਕੇ ਸਾਨੂੰ ਮਿਲੋ ਆਪਣਾ ਪਿੰਡ ਵੇਖੋ ਪਿੰਡ ਦੀ ਵੱਡੀ ਸਾਰੀ ਕਿੰਨੀ ਸਾਰੀ ਹੁਣ ਆਬਾਦੀ ਹੈ ਆਪਣੇ ਮਕਾਨ ਵੇਖੋ ਵਾਲੀ ਤੁਹਾਡੇ ਮਕਾਨ ਉਸੇ ਤਰ੍ਹਾਂ ਬਿਲਕੁਲ ਸਹੀ ਸਲਾਮਤ ਹਾਂਜੀ ਇਹ ਘਰ ਉਹਨਾਂ ਖਲੋਤੇ ਨੇ ਪੁਰਾਣੇ ਹਾਂਜੀ ਹੈਂਡ ਘਰ ਖਲੋਤੇ
ਨਾਜ਼ਰੀਨ ਅਗਰ ਤੁਸੀਂ ਵੀ ਚਾਹੁੰਦੇ ਹੋ ਆਪਣੇ ਵੱਡਿਆਂ ਦਾ ਪਿੰਡ ਵੇਖੀਏ, ਖਾਸ ਤੌਰ ਜਿਹੜੇ ਚੜ੍ਹਦੇ ਪੰਜਾਬ ਰਹਿੰਦੇ ਨੇ, ਅਗਰ ਤੁਸੀਂ ਚਾਹੁੰਦੇ ਹੋ ਕਿ ਆਪਣੇ ਵੱਡਿਆਂ ਦਾ ਪਿੰਡ ਵੇਖੀਏ, ਜਿੱਥੋਂ ਸਾਡੇ ਲਹਿੰਦੇ ਪੰਜਾਬੋਂ ਵੱਡੇ ਆਏ, ਉਹ ਪਿੰਡ ਕਿਵੇਂ ਦਾ ਸੀ, ਘਰ ਬਾਰ ਸਾਡਾ ਕਿੱਥੇ ਸੀ, ਤੁਹਾਡੇ ਵੱਡਿਆਂ ਤੁਹਾਨੂੰ ਦੱਸਿਆ ਹੋਏਗਾ, ਅਗਰ ਤੁਹਾਡਾ ਦਿਲ ਕਰਦਾ ਕਿ ਪਿੰਡ ਵੇਖੀਏ, ਆਪਣੇ ਵੱਡਿਆਂ ਜਿਹੜੇ ਯਾਰ ਦੋਸਤ ਹਨ ਅਗਰ ਉਹ ਜਿੰਦਾ ਨੇ, ਉਹਨਾਂ ਨਾਲ ਗੱਲਬਾਤ ਕਰੀਏ, ਉਹਨਾਂ ਦਾ ਇੰਟਰਵਿਊ ਕਰੀਏ ਵੇਖੀਏ, ਅਤੇ ਸਾਡਾ ਜਿਹੜਾ ਸਕਰੀਨ 'ਤੇ ਨੰਬਰ ਆ ਰਿਹਾ ਵਟਸਐਪ ਨੰਬਰ, ਇਹਦਾ ਸਾਨੂੰ ਜਿਹੜਾ ਉਹ ਆਪਣੀ ਡਿਟੇਲ ਦੱਸੋ, ਆਪਣੇ ਪਿੰਡ ਦਾ ਨਾਂ, ਆਪਣੇ ਜ਼ਿਲ੍ਹੇ ਦਾ ਨਾਂ ਦੱਸ ਦਿਓ, ਅਤੇ ਅਸੀਂ ਉੱਥੇ ਜਾ ਕੇ ਇੰਟਰਵਿਊ ਜ਼ਰੂਰ ਕਰਾਂਗੇ, ਅਤੇ ਵੀਡੀਓ ਨੂੰ ਹਮੇਸ਼ਾ ਹਮੇਸ਼ਾ ਲਈ ਰਿਕਾਰਡ ਕਰਕੇ ਮਹਿਫੂਜ਼ ਕਰ ਦਾਂਗੇ, ਅਤੇ ਮਿਲਦੇ ਇੱਕ ਨਵੀਂ ਵੀਡੀਓ ਨਾਲ, ਉਦੋਂ ਤੱਕ ਮੈਨੂੰ ਅਕਰਮ ਸਾਹਿਬ ਦਿਓ ਇਜਾਜ਼ਤ, ਅੱਲਾ ਹਾਫਿਜ਼।